हाँ जी सत श्रीकाल दोस्तों, की हाल है, कैम है जी। लो जी, अज थोड़े वास्ते ले आए जी चार दंद जर्सी वैड सूआ। दूजा चार दंद है, पहले सूए का रिकॉर्ड 33 किलो है जी। बहुत सोहना दुध कढ़िया, बड़ी सोहनी वैड है। बाकी तुसी भी मैनू कमेंट करके दसना भी सोनू किवें लगी। तो मैनू बहुत ज़्यादा सोहनी लगी, बड़ी प्यारी वैड है। डॉक्टर तेजेंद्र दे घर है, पिंड संधू है, ठीक है जी। तो भदौड़ के भी नज़दीक है 10-12 किलो, तो इधरों रामपुरे भी, रामपुरे तो भी 10-12 किलोमीटर है, भदौड़ तो भी 10-12 किलोमीटर है। तो तेजेंद्र भाई पहला दसी हूँ इन्हें की दिता बच्चा? ਹੁਣ ਮੇਰੇ ਘਾਫ ਆ ਦੇ ਪਿੱਛੇ ਉਹ ਬੈਠਾ ਅੱਜ ਪੰਜਵਾਂ ਕਿ ਦਿਨ ਸੂਈ ਨੂੰ, ਪੰਜਵਾਂ ਦਿਨ ਸੂਈ ਨੂੰ। ਦੁੱਧ ਕਿੰਨਾ ਤਿਆਰ ਅੱਜ? ਦੁੱਧ ਉਹਨੂੰ ਪਤਾ ਪਾਲੇ ਨੂੰ ਉਹ ਚਾਹੁੰਦਾ। ਪਾਲੇ ਕਿੰਨਾ ਤਿਆਰ ਆ ਦੁੱਧ? 22-23 ਕਿਲੋ ਆ। 22-23 ਕਿਲੋ ਤਿਆਰ ਕੀਤਾ ਪੰਜਵਾਂ ਦਿਨ ਸੂਈ ਨੂੰ ਅੱਜ। ਤੇ ਵੀ 33 ਲੀਟਰ ਮਗਰ ਲਈ ਵਾਰ ਦਿੱਤਾ ਵਾ ਇੱਥੇ, ਤੈਨੂੰ ਕੀ ਉਮੀਦ ਆ ਹੁਣ ਤੇਜਿੰਦਰ? ਕੀ 35+ ਦੇ ਦੂ ਮੇਰੇ ਕੋਲ ਤਾਂ ਇਹ 35, ਬਾਕੀ ਲੈ ਵੇ ਦੱਸਦਾ ਬੈਠਦਾ 35+। ਹਾਂ ਨਹੀਂ ਨਹੀਂ ਬਹੁਤ ਸੋਹਣੀ ਤਿਆਰ ਹੋਈ ਆ। ਤੜਕੇ ਤੋਂ ਆਪਾਂ ਰੀਲ ਪਾਈ ਸੀ, ਉਦੋਂ ਤੜਕੇ ਚੋਈ ਵੇ ਦੋ ਜਾਂਦੇ ਸੀ ਆਪਾਂ। ਹਾਂ 9 ਵੀ ਵੱਜੇ ਸੀ। ਹਾਂ 9 ਵੀ ਵੱਜੇ ਸੀ ਉਦੋਂ, 2 ਘੰਟੇ ਹੋਏ ਸੀ ਚੋਈ ਨੂੰ ਅਜੇ, 2-2.5 ਘੰਟੇ। ਤੇ ਲਓ ਵੀ ਮਿੱਤਰੋ ਦੇਖੋ, ਬਾਡੀ ਢਾਂਚਾ ਵੀ ਦੇਖੋ ਬਾਈ, ਪਾਲੇ ਤੋਰੀ ਮਾਰਾ ਜਾ ਇਧਰੋਂ ਮੋੜ ਦੇ ਪਾਉਂਦੇ ਤੋਰ ਕੇ। ਮੂੰਹ ਵੀ 4 ਦੰਦ ਹੀ ਆ ਬੱਚੀ ਹਜੇ। ਲਓ ਵੀ ਮਿੱਤਰੋ ਦੇਖੋ, ਮੂੰਹ ਵੀ 4 ਦੰਦ ਬੈੜ ਹੈ, ਦੂਜਾ ਸੂਆ ਹੈ, ਪਹਿਲੇ ਸੂਏ ਦਾ 33 ਲੀਟਰ ਰਿਕਾਰਡ ਹੈ। ਇਸ ਵਾਰ ਤੇਜਿੰਦਰ ਦੇ ਹਿਸਾਬ ਨਾਲ 35+ ਦਿਓ, ਅਤੇ ਬਾਕੀ ਗਾਂ ਵਾਲੇ ਤਾਂ ਤੁਸੀਂ ਦੇਖ ਹੀ ਸਕਦੇ ਹਾਂ, ਬਹੁਤ ਸ਼ਾਨਦਾਰ ਵੈੜ ਹੈ ਜਰਸੀ, ਅਤੇ ਬਰੀਡ ਬਹੁਤ ਚੰਗੀ ਹੈ। ਤਾਂ ਇੱਧਰਲੇ ਪਾਸੇ ਆ ਜਾ ਤੇਜਿੰਦਰ, ਨੰਬਰ ਬੋਲੀ ਬਾਈ। 99-685-9699-6999 ਇਹ ਨੰਬਰ ਹੈ ਜੀ, ਅਤੇ ਇਹ ਨੰਬਰ ਹੈ ਜੀ। ਦੁਬਾਰੇ ਇੱਕ ਵਾਰੀ ਹੋਰ ਬੋਲਾਂਗੇ, ਇੱਧਰੋਂ ਥੋੜ੍ਹਾ ਸਾਨੂੰ ਚੰਨ ਕਰਕੇ ਕੋਈ ਨਾ ਤੁਹਾਨੂੰ ਤੋਰ ਕੇ ਮੈਂ ਕਿਹਾ ਲਵਾਂ। ਬਹੁਤ ਸੋਹਣਾ ਚੱਲਦਾ, ਪਹਿਲੇ ਲੈ ਚੱਲ ਪਾਉਂਦੀ, ਇੱਧਰੋਂ ਆਈ ਲੈ ਚੱਲ, ਕੋਈ ਚੱਕਰ ਨਹੀਂ, ਉੱਧਰੋਂ ਮੋੜ ਲਿਆਵਾਂਗੇ। ਲਓ ਵੀ ਮਿੱਤਰੋ ਕਰੋ ਚੈੱਕ, ਇਦੂ ਉੱਤੇ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਜਰਸੀ। ਹਾਂ ਚਲੋ ਉਹ ਗੱਲ ਵੱਖਰੀ ਹੈ, ਚੰਗੇ ਫਾਰਮਾਂ ਦੀ ਮਿਹਨਤ ਵੱਖਰੀ ਹੁੰਦੀ ਹੈ, ਪਰ ਬਹੁਤ ਉਮਰ ਦੀ ਛੋਟੀ ਹੈ, 4 ਦੰਦ ਹੀ ਹੋਈ ਹੈ ਮੂੰਹ, ਤਾਂ ਇਹ ਵੀ ਬਹੁਤ ਵੱਡੀ ਗੱਲ ਹੈ। ਅਤੇ ਦੁੱਧ ਵੀ ਪਹਿਲੇ ਸੂਏ ਦਾ ਬਹੁਤ ਵੱਡੀ ਗੱਲ ਹੈ, ਤਾਂ ਦੁੱਧ ਬਹੁਤ ਚੰਗਾ ਦਿੱਤਾ, ਠੀਕ ਹੈ। ਤੁਸੀਂ ਦੇਖ ਸਕਦੇ ਹਾਂ, ਤਿਆਰੀ ਦੇਖੋ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ। ਲੈ ਚੱਲ ਪਾਲੇ, ਹਾਂ ਇੱਧਰੋਂ ਬਸ ਐਂ ਦਿਖਾ ਕੇ ਪਾਲੇ, ਹੌਲੀ ਹੌਲੀ ਉੱਧਰ ਹੀ ਲੈ ਜਾਏ ਥਾਂ 'ਤੇ, ਲੇਟ ਹੋ ਗਈ ਬਸ ਐਂ ਥੋੜ੍ਹੇ ਥੋੜ੍ਹੇ ਮਿੰਟ ਚੋਣ ਤੋਂ 40 ਮਿੰਟ ਲੇਟ। ਫਿਰ ਆਪਾਂ ਵੀਡੀਓ ਬਣਾਉਣ ਕਰਕੇ ਰੋਕ ਲਈ ਨਾ, ਵੀ ਅਸੀਂ ਭਾਈ ਨੇੜੇ ਆ ਗਏ, ਫਿਰ ਪਾਲੇ ਨੂੰ ਅਸੀਂ ਕਿਹਾ ਵੀ ਚੋਈ ਨਾ ਯਾਰ, ਅਸੀਂ ਨੇੜੇ ਆ ਗਏ। ਪਾਲੇ ਦੂਜੀਆਂ ਗਾਵਾਂ ਤਾਂ ਨਿਬੜ ਗਿਆ ਕੰਮ, ਨਿਬੜ ਗਿਆ ਕੰਮ, ਬਸ ਇਹਦੇ ਲਾ ਦਿੰਦੇ ਹਾਂ, ਬਸ ਇਹਦੀ ਰਹਿ ਗਿਆ ਹੁਣ, ਇਹਦੀ ਮਸ਼ੀਨ ਲਾਉਣੀ ਹੈ, ਹੈਂਡ ਮਿਲ ਕੇ ਵੀ ਕਰਾ ਲੈਂਦੇ, ਮਸ਼ੀਨ ਵੀ ਲਵਾ ਲੈ ਤੂੰ ਉਹੀ ਚੀਜ਼ਾਂ ਹੀ, ਉਹ ਜਿਵੇਂ ਮਰਜ਼ੀ ਚੋਲੋ, ਜਿਵੇਂ ਮਰਜ਼ੀ ਚੋਲੋ ਇਹਨੂੰ, ਪਹਿਲਾਂ ਹੱਥ ਨਹੀਂ ਚੋਂਦਾ ਰਿਹਾ, ਪਲਕ ਦਾ ਮਸ਼ੀਨ ਲਾਉਣ ਲੱਗਿਆ ਇਹ। ਲਓ ਵੀ ਮਿੱਤਰੋ ਦੇਖ ਸਕਦੇ ਆ, ਥਣ ਆਰਡਰ ਇਹਨੂੰ ਆਪਾਂ ਕਹਿ ਦਿੰਦੇ ਆ, ਠੰਡੀ ਠੁੰਡੀ ਬਹੁਤ ਆ ਗਈ ਵੀ ਆ, ਜਿਵੇਂ ਬਚਣੀ ਧਾਰੀ ਜੀ ਪਈ ਬਸ ਰਹਿੰਦੇ। ਡਾਕਟਰ ਹੱਥ ਲਾ ਦੇਖੋ, ਪੂਰੀ ਛੋਲੀ ਪੂਰੀ ਫੁਰਤੀ ਵਾਲੀ, ਡਾਕਟਰ ਨੇ ਹੱਥ ਲਾਦਾ ਭੱਜ ਗਿਆ, ਜੇ ਬੈਠ ਹੈ ਨਾ ਉਮਰ ਦੀ ਛੋਟੀ ਹੈ ਨਾ ਹਜੇ, ਬਾਕੀ 4 ਦਿਨ ਦਾ। ਤੇਜਿੰਦਰ ਕੋਈ ਨਾ ਉਹ ਤਾਂ ਫੜ ਲਿਓ, ਕੋਈ ਨਾ ਕੋਈ ਨਾ ਕੋਈ ਨਾ, ਤੇਜਿੰਦਰ ਤੋਂ ਡਰ ਗਏ, ਕੋਈ ਨਾ ਜਾਣ ਦੇ ਨੂੰ ਆਪਦੇ ਥਾਂ 'ਤੇ ਜਾਣ ਦੇ। ਅਤੇ ਲਓ ਵੀ ਮਿੱਤਰੋ, ਜਿਹੜੇ ਭਰਾ ਨੂੰ ਚੰਗੀ ਲੱਗੀ, ਜਿਹੜੇ ਭਰਾ ਨੇ ਦੁੱਧ ਵਾਸਤੇ ਘਰ ਰੱਖਣੀ ਆ ਤਸੱਲੀ ਵਾਲੀ, ਕੋਈ ਥਣ ਦੇ ਵਿੱਚ ਪ੍ਰੋਬਲਮ ਨਹੀਂ, ਆ ਕੇ 2 ਟਾਈਮ 'ਚੋ, 4 ਟਾਈਮ 'ਤੇ ਉਹ ਭਾਵਾਂ ਦੀ 10 ਟਾਈਮ 'ਚੋ ਲਓ, ਰੋਜ਼ ਵੱਧਿਆ ਕਰੋ, ਠੀਕ ਹੈ, ਅਤੇ ਰੋਜ਼ 2 ਲੀਟਰ ਵੱਧਿਆ ਕਰੋ, ਸਹੀ ਗੱਲ ਹੈ। ਅਤੇ ਕੜ ਵੀ ਚੱਲਣਾ, 5 ਦਿਨ ਹੋਇਆ ਸੂਈ ਨੂੰ, ਬਾਕੀ ਐਸਟੀਮੇਟ ਤੁਸੀਂ ਆਪ ਹੀ ਲਾ ਸਕਦੇ ਹਾਂ ਵੀ ਕਿਵੇਂ ਦੁੱਧ ਦੇਣਾ ਇਹਨੇ। ਅਤੇ ਬਾਕੀ ਧੰਨਵਾਦ, ਸਤਿ ਸ਼੍ਰੀ ਅਕਾਲ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਹਾਂ ਬਿਲਕੁਲ ਬਿਲਕੁਲ। ਤੇ ਤੇਜਿੰਦਰ ਵੀਰੇ ਇੱਕ ਨੰਬਰ ਹੋਰ ਬੋਲੀਏ, 99-685-9699 ਇੱਧਰ ਨੂੰ ਹੋ ਜਾ ਮਾੜਾ ਜਿਹਾ, 99-685-9699-6699 ਇਹ ਨੰਬਰ ਹੈ ਜੀ, 8968549699 ਓਕੇ ਜੀ, ਧੰਨਵਾਦ। ਏਰੀਆ ਹੈਗਾ ਜੀ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਇਹਨੂੰ, ਅਤੇ ਭਦੌੜ ਦੇ ਬਿਲਕੁਲ ਇੱਧਰ ਨੂੰ ਨੇੜੇ ਰਹਿ ਗਿਆ, ਭਦੌੜ ਅਤੇ ਰਾਮਪੁਰੇ ਫੂਲ ਦੇ ਵਿਚਾਲੇ ਆ ਗਿਆ। ਤਾਂ ਸੰਧੂ ਆ ਜੀ, ਛੋਟੇ ਸੰਧੂ ਕਹਿ ਜਾਂਦੇ ਜੀ ਇਹ, ਡਾਕਟਰ ਤੇਜਿੰਦਰ ਸਿੰਘ ਇਹ ਨੰਬਰ ਹੈ ਜੀ, ਤਰਿੰਦਰ ਜੀ, ਡਾਕਟਰ ਤਰਿੰਦਰ ਦਾ ਇਹ ਨੰਬਰ ਹੈ ਇਹ, ਅਤੇ ਡਾਕਟਰ ਨਾਲ ਕਨੈਕਟ ਤੁਸੀਂ ਕਰ ਸਕਦੇ ਹਾਂ। ਤਾਂ ਤੁਹਾਨੂੰ ਕਿਵੇਂ ਲੱਗੀ ਵੈਟ, ਤੁਸੀਂ ਕਮੈਂਟ ਕਰਕੇ ਵੀ ਦੱਸਣਾ, ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ। ਅਤੇ ਬਾਕੀ ਤੁਹਾਨੂੰ ਪਤਾ ਹੈ ਪਹਿਲਾਂ ਤੁਸੀਂ ਸਕੀਮ ਰਿਹਾ, ਜਿਵੇਂ ਆ ਛੋਟੀਆਂ ਵੈੜਾਂ ਤਿਆਰ ਹੋ ਜਾਣਗੀਆਂ ਜਾਂ ਮੇਲ ਇਹਨਾਂ ਦਾ ਵੇਚਿਆ ਪੈ ਗਿਆ ਸੀਮਨ ਬੈਂਕ ਨੂੰ, ਬਾਕੀ ਪਹਿਲਾਂ ਤੋਂ ਜਿਹੜੀਆਂ ਗਾਂਗਾਂ ਇਹਦੇ ਕੋਲ ਬਹੁਤ ਸੋਹਣੀਆਂ ਪਹਿਲਾਂ ਤੋਂ ਪਾਲਦਾ, ਜਿਵੇਂ ਜਰਸੀ 2-3 ਹੋ ਗਈਆਂ, ਠੀਕ ਆ, ਜਾਂ ਦੂਜੀਆਂ 1-2 ਸਿਰੇ ਦੀਆਂ ਜਰ, ਜਾਣੀ ਕਿ ਪਾਲਦਾ ਜੇ 1-2 ਵੱਧ ਜਾਂਦੀਆਂ ਉਹ ਸੇਲ ਕਰ ਲੈਂਦਾ, ਦੂਜੀਆਂ ਘਰੇ ਰੱਖਦਾ ਬਸ, ਊਂ ਨਹੀਂ ਜਾਣੀ ਕਿ ਵੀ ਇਹਦਾ ਕੰਮ ਨਹੀਂ ਵੀ ਊਂ ਲਿਆਂਦੀਆਂ ਵੇਚ ਲਈਆਂ, ਨਹੀਂ। ਹਾਂ ਉਹ ਗੱਲ ਜ਼ਰੂਰ ਹੈ ਵੀ ਚੰਗੀ ਚੀਜ਼ ਨਹੀਂ ਛੱਡਦਾ ਪਾਉਂਦੀ, ਮੱਝ ਹੈ ਪਾਉਂਦੀ ਗਾਂ ਗੀ। ਤਾਂ ਠੀਕ ਆ ਤੇਜਿੰਦਰ ਬਾਈ, ਓਕੇ, ਉੱਥੇ ਲਓ ਵੀ ਮਿੱਤਰੋ, ਸਹੀ ਗੱਲ ਹੈ, ਲਓ ਵੀ ਮੰਨ ਲਓ ਤੂੰ ਹੀ ਦੇਖੋ ਇਹਦੀ, ਜੇ ਮੈਂ ਕਹਿੰਦਾ ਰੀਡ ਦੀ ਹੱਡੀ ਜਮਾ ਫਰੈਸ਼ ਹਾਂ, ਰੇਟ ਸੂਟ ਬਹੁਤ ਆ, ਰੀਡ ਜੇ ਨਾ ਵਿਕੀ ਫਿਰ ਆਪਾਂ ਲਾਈਵ ਕਰਾਂਗੇ 1-2 ਦਿਨਾਂ, ਫਿਰ ਇਹ ਲਾਈਵ ਕਰ ਦਾਂਗੇ, ਮੈਂ ਤਾਂ 40 ਵਿੱਚ ਪਾ ਦੂੰ ਕਿਉਂਕਿ ਸਾਡਾ ਤੇ ਆਮ ਦੁੱਧ ਦਾ ਫਰਕ ਹੈ ਨਾ,
ठीक है जी, धन्यवाद, सत श्री अकाल, वीडियो नूं करो वध तों वध शेयर।